बाबा जी शेड कॉटन ते बहुत ही सोना फैब्रिक ਕਿਹੜਾ ਫੈਬਰਿਕ ਹੈ ਹੁਣ ਦੱਸਣਾ ਵੀ ਪੈਣਾ ਤੁਹਾਨੂੰ ਅਰਵਿੰਦ ਇਹ ਵੱਡੇ ਬਾਰ ਦਾ ਸਟੱਫ ਆ ਇਹਦਾ ਸਾਰਾ ਕੁਝ ਨਜ਼ਰ ਨਹੀਂ ਹੋਣਾ ਕਿਉਂਕਿ ਇਹਦੀ ਸਲਵਾਰ ਦੂਸਰੇ ਪਾਸੇ ਆ ਇਸ ਤਰ੍ਹਾਂ ਦੇਖੋ ਪੈਨਲਸ ਬਣੇ ਆ ਫੁੱਲੀ ਪਾਰਟੀ ਵੇਅਰ ਸਟੱਫ ਆ ਬੜਾ ਕੂਲ ਜਿਹਾ ਕਲਰ ਆ ਬਹੁਤ ਹੀ ਜ਼ਿਆਦਾ ਸੋਹਣਾ ਨਿੱਕੀਆਂ ਨਿੱਕੀਆਂ ਬੂਟੀਆਂ ਕਲੀਆਂ ਵਿੱਚ ਬੂਟੇ ਸੈੱਟ ਕੀਤੇ ਆ ਫਸਟ ਆਫ ਆਲ ਕਿ ਇਹਦਾ ਤੁਸੀਂ ਕਲਰ ਕੰਬੀਨੇਸ਼ਨ ਦੇਖੋ ਕਿ ਕਿੰਨਾ ਸੋਹਣਾ ਹੈ ਠੀਕ ਹੈ ਤੇ ਇਹਦੀ ਆ ਦੇਖੋ ਬਾਜੂ ਤੇ ਸਲਵਾਰ ਸੇਮ ਆ ਉਹ ਹੁਣ ਤੁਹਾਨੂੰ ਦਿਖਾਉਣੀ ਬਹੁਤ ਜ਼ਿਆਦਾ ਹਾਰਡ ਹੈ ਕਿਉਂਕਿ ਵੱਡੇ ਪੰਨੇ ਦਾ ਸੂਟ ਆ ਲੁਕ ਜਾਂਦੀ ਇੱਦਾਂ ਪਰ ਇਹਦੀ ਸਲਵਾਰ ਤੇ ਵੀ ਕੰਮ ਆ ਇਹਦਾ ਦੁਪੱਟਾ ਸੈਮੀ ਚਨੌਨ ਦਾ ਹੈ ਬਹੁਤ ਹੀ ਸੋਹਣਾ ਸੌਫਟ ਫੁੱਲ ਸਰਦਾਰੀ ਸੂਟ ਆ ਆ ਦੇਖੋ ਦੁਪੱਟੇ ਤੇ ਕਿੰਨਾ ਸੋਹਣਾ ਕੰਮ ਆ ਛੋਟੀ ਛੋਟੀ ਬੂਟੀ ਆ ਵਿੱਚ ਦੋ ਪੈਨਲਸ ਨੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਸੂਟੇਬਲ ਫੋਰ ਸਮਰਸ ਨੈਕਸਟ ਲਾਈਟ ਜਿਹਾ ਪਿਸਤਾ ਰੂਬੀ ਦਾ ਸਟੱਫ ਆ ਟੈਕਸਚਰ ਚੈੱਕ ਕਰ ਲਓ ਇਹਦੇ ਵਿੱਚ ਛੋਟਾ ਛੋਟਾ ਚੈੱਕ ਆ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਸ਼ੇਡ ਦਾ ਕੰਮ ਆ ਘੇਰੇ ਤੇ ਕੰਮ ਹੋਇਆ ਹੈ ਇੱਦਾਂ ਦੇਖੋ ਕਾਪੀ ਕਰਨੀ ਆਸਾਨ ਹੋ ਜੂਗੀ ਕਈਆਂ ਨੂੰ ਫਿਰ ਇਹਦਾ ਕਾਪੀ ਨਹੀਂ ਹੋਣੀ ਨਾ ਓਬਵੀਅਸਲੀ ਕਾਪੀ ਚਲੋ ਕੋਈ ਗੱਲ ਨਹੀਂ ਸਲਵਾਰ ਅਤੇ ਇਹਦੇ ਬਾਜੂ 'ਤੇ ਕੰਮ ਆ ਇਹ ਵਿਦਆਊਟ ਦੁਪੱਟਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਆਪਣੀ ਮਰਜ਼ੀ ਨਾਲ ਦੁਪੱਟਾ ਤੁਸੀਂ ਟਾਈ ਐਂਡ ਟਾਈ ਕਰਵਾ ਸਕਦੇ ਲਾਈਟ ਜਿਹਾ ਮਾਊਸ ਜਿਹਾ ਕਲਰ ਇਹ ਵੀ ਰੂਬੀ ਦਾ ਸਟੱਫ ਆ ਬੜਾ ਪਿਆਰਾ ਜ਼ੀਰੋ ਸਿੰਗਲ ਟਾਂਕੇ ਦੇ ਵਿੱਚ ਇਹਦੇ ਵਿੱਚ ਕੰਮ ਹੋਇਆ ਜ਼ੀਰੋ ਦੇ ਵਿੱਚ ਇੰਨਾ ਸੋਹਣਾ ਕੀਨਲੀ ਫੁੱਲ ਸਰਦਾਰੀ ਕੰਮ ਕਲੀ ਚੈੱਕ ਕਰੋ ਕਿੰਨੀ ਸੋਹਣੀ ਨੀਟ ਐਂਡ ਕਲੀਨ ਆ ਇਹਦੇ ਘੇਰੇ 'ਤੇ ਦੇਖੋ ਕਿੰਨਾ ਬਰੀਕੀ 'ਚ ਕੰਮ ਹੋਇਆ ਹੈ ਨਾਲੇ ਯੂਨੀਕ ਜਿਹਾ ਅਲੱਗ ਜਿਹਾ ਸਟਾਈਲ ਸਲਵਾਰ ਹੈ ਬਾਜੂ ਹੈ ਬਾਜੂ 'ਤੇ ਤੁਸੀਂ ਛੋਟਾ ਜਿਹਾ ਕੱਟ ਵੀ ਪਵਾ ਸਕਦੇ ਹੋ ਉਸ ਹਿਸਾਬ ਨਾਲ ਕੰਮ ਹੋਇਆ ਜੇ ਨਹੀਂ ਵੀ ਪਾਉਣਾ ਤਾਂ ਵੀ ਚੱਲੂਗਾ ਅਤੇ ਉੱਦਾਂ ਤੁਸੀਂ ਸਿੰਪਲ ਛੋਟੇ ਛੋਟੇ ਬਟਨ ਲਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਅਤੇ ਜਦੋਂ ਇਹਦਾ ਦੁਪੱਟਾ ਬਣਨਾ ਨਾ ਦੁਪੱਟੇ ਅਸੀਂ ਤਾਂ ਨਹੀਂ ਬਣਾਉਂਦੇ ਹਰ ਇੱਕ ਦੀ ਪਸੰਦ ਅਲੱਗ ਅਲੱਗ ਆ ਅਤੇ ਬੜਾ ਹੀ ਪਿਆਰਾ ਜਿਹਾ ਸੂਟ ਹੈ ਕਸਟਮਰ ਆ ਗਏ ਬਾਅਦ 'ਚ ਕੰਟੀਨਿਊ ਕਰਦੇ ਹਾਂ